ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਆਸਾ ਮਹੱਲਾ ਤੀਜਾ ਸ਼ੰਤ ਘਰ ਤੀਜਾ ਰਾਗ ਆਸਾ ਘਰ ਤੀਜੇ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਸ਼ੰਤ ਸਾਜਨ ਮੇਰੇ ਪ੍ਰੀਤਮੋ ਤੁਮ ਸੈ ਕੀ ਭਗਤ ਕਰੇ ਹੋ ਏ ਮੇਰੇ ਸਾਧਸੰਗੀ ਸਜਣੋ ਪਿਆਰਿਓ ਤੁਸੀਂ ਪ੍ਰਭੂਪਤੀ ਦੀ ਭਗਤੀ ਸਦਾ ਕਰਦੇ ਰਹਾ ਕਰੋ ਗੁਰਸੇਵੋ ਸਦਾ ਆਪਣਾ ਨਾਮ ਪਦਾਰਥ લેਹੋ ਸਦਾ ਆਪਣੇ ਗੁਰੂ ਦੀ ਸ਼ਰਨ ਪਏ ਰਹੋ ਤੇ ਗੁਰੂ ਪਾਸੋਂ ਸਭ ਤੋਂ ਕੀਮਤੀ ਚੀਜ਼ ਹਰ ਨਾਮ ਹਾਸਲ ਕਰੋ ਭਗਤ ਕਰੋ ਤੁਮ ਸਹ ਕੇਰੀ ਜੋ ਸਹ ਪਿਆਰੇ ਪਾਵੈ اے ਸਜਣੋ ਤੁਸੀਂ ਪ੍ਰਭੂਪਤੀ ਦੀ ਹੀ ਭਗਤੀ ਕਰਦੇ ਰਹੋ ਇਹ ਭਗਤੀ ਪਿਆਰੇ ਪ੍ਰਭੂ ਪਤੀ ਨੂੰ ਪਸੰਦ ਆਉਂਦੀ ਹੈ ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨਾ ਆਵੇ ਜੇ ਇਸ ਜੀਵਨ ਦੇ ਸਫਰ ਵਿੱਚ ਤੁਸੀਂ ਆਪਣੀ ਹੀ ਮਰਜ਼ੀ ਕਰਦੇ ਰਹੋਗੇ ਤਾਂ ਪ੍ਰਭੂ ਪਤੀ ਦੀ ਪ੍ਰਸੰਨਤਾ ਤੁਹਾਨੂੰ ਨਹੀਂ ਮਿਲੇਗੀ ਭਗਤ ਭਾਵ ਇਹੋ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਪਰ ਹੀ ਪਿਆਰਿਓ ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਔਕੜਾ ਭਰਿਆ ਹੈ ਕੋਈ ਵਿਰਲਾ ਮਨੁੱਖ ਇਹ ਰਸਤਾ ਲੱਭਦਾ ਹੈ ਜੋ ਗੁਰੂ ਦੇ ਦਰ ਤੇ ਆ ਡਿੱਗਦਾ ਹੈ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਨਾਨਕ ਆਖਦਾ ਹੈ ਜਿਸ ਮਨੁੱਖ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਮਨੁੱਖ ਆਪਣਾ ਮਨ ਪ੍ਰਭੂ ਦੀ ਭਗਤੀ ਵਿੱਚ ਜੋੜਦਾ ਹੈ ਮੇਰੇ ਮਨ ਬੈਰਾਗੀਆ ਤੂੰ ਬੇਰਾਗ ਕਰ ਕਿਸ ਦਿਖਾਵੇਂ ਹੈ ਏ ਵੈਰਾਗ ਵਿੱਚ ਆਏ ਹੋਏ ਮੇਰੇ ਮਨ ਤੂੰ ਵੈਰਾਗ ਕਰਕੇ ਕਿਸ ਨੂੰ ਵਿਖਾਂਦਾ ਹੈ ਇਸ ਉਪਰੋਂ ਉਪਰੋਂ ਵਿਖਾਏ ਹੋਏ ਵੈਰਾਗ ਨਾਲ ਤੇਰੇ ਅੰਦਰ ਆਤਮਕ ਆਨੰਦ ਨਹੀਂ ਬਣ ਸਕੇਗਾ ਹਰ ਸੋਹਿਲਾ ਤਿੰਨ ਸਦ ਸਦਾ ਜੋ ਹਰ ਗੁਣ ਗਾਵੇ ਹੈ ਏ ਮਨ ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਨਾਂ ਦੇ ਅੰਦਰ ਸਦਾ ਹੀ ਖਿੜਾਓ ਤੇ ਚਾਓ ਬਣਿਆ ਰਹਿੰਦਾ ਹੈ ਕਰ ਬੈਰਾਗ ਤੂੰ ਛੋੜ ਪਖੰਡ ਸੋਸ਼ੋ ਸਭ ਕਿਛ ਜਾਣੇ ਏ ਮੇਰੇ ਮਨ ਬਾਹਰਲੇ ਵਿਖਾਵੇ ਵਾਲੇ ਵੈਰਾਗ ਦਾ ਪਖੰਡ ਛੱਡ ਦੇ ਤੇ ਆਪਣੇ ਅੰਦਰ ਮਿਲਨ ਦੀ ਤਾਂਗ ਪੈਦਾ ਕਰ ਕਿਉਂਕਿ ਉਹ ਖਸਮ ਪ੍ਰਭੂ ਅੰਦਰ ਦੀ ਹਰੇਕ ਗੱਲ ਜਾਣਦਾ ਹੈ ਜਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਣੈ ਉਹ ਪ੍ਰਭੂ ਆਪ ਹੀ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਸਮਾਇਆ ਹੋਇਆ ਹੈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਏ ਮੇਰੇ ਮਨ ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਸਮਝ ਲਈ ਉਹੀ ਸਾਰੇ ਆਨੰਦ ਪ੍ਰਾਪਤ ਕਰਦਾ ਹੈ ਇਵ ਕਹੈ ਨਾਨਕ ਸੋ ਬੈਰਾਗੀ ਅਨ ਦਿਨ ਹਰ ਲਿਵ ਲਾਵੇ ਨਾਨਕ ਤੈਨੂੰ ਇਉਂ ਦੱਸਦਾ ਹੈ ਕਿ ਇਹੋ ਜਿਹਾ ਮਿਲਾਪ ਦੀ ਤਾਂਗ ਰੱਖਣ ਵਾਲਾ ਮਨੁੱਖ ਹਰ ਵੇਲੇ ਪ੍ਰਭੂ ਚਰਨਾਂ ਵਿੱਚ ਸੂਰਤ ਜੋੜੀ ਰੱਖਦਾ ਹੈ ਜਹ ਜਹ ਮਨ ਤੂੰ ਤਾਵਦਾ ਤਹ ਤਹ ਹਰ ਤੇਰੇ ਨਾਲ ਹੈ ਏ ਮੇਰੇ ਮਨ ਜਿੱਥੇ ਜਿੱਥੇ ਤੂੰ ਦੌੜਦਾ ਫਿਰਦਾ ਹੈ ਉੱਥੇ ਉੱਥੇ ਹੀ ਪਰਮਾਤਮਾ ਤੇਰੇ ਨਾਲ ਹੀ ਰਹਿੰਦਾ ਹੈ ਮਨ ਸਿਆਣ ਪਛੋੜੀਐ ਗੁਰ ਕਾ ਸਬਦ ਸਮਾਲੇ ਏ ਮਨ ਆਪਣੀ ਚਤੁਰਾਈ ਦਾ ਆਸਰਾ ਛੱਡ ਦੇ ਤੇ ਏ ਮਨ ਗੁਰੂ ਦਾ ਸ਼ਬਦ ਆਪਣੇ ਅੰਦਰ ਸੰਭਾਲ ਕੇ ਰੱਖ ਸਾਥ ਤੇ ਰਹਿ ਸੋਸ਼ ਹੋ ਸਦਾ ਹੈ ਇਕ ਖਿੰਨ ਹਰ ਨਾਮ ਸਮਾਲੇ ਫਿਰ ਤੈਨੂੰ ਦਿਸ ਪਏਗਾ ਕਿ ਉਹ ਖਸਮ ਪ੍ਰਭੂ ਸਦਾ ਤੇਰੇ ਨਾਲ ਰਹਿੰਦਾ ਹੈ ਏ ਮਨ ਜੇ ਤੂੰ ਇੱਕ ਖਿਨ ਵਾਸਤੇ ਵੀ ਪਰਮਾਤਮਾ ਦਾ ਨਾਮ ਆਪਣੇ ਅੰਦਰ ਵਸਾਏ ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤ ਪਰਮ ਪਦ ਪਾਵਹਿ ਤਾਂ ਤੇਰੇ ਅਨੇਕਾਂ ਜਨਮਾਂ ਦੇ ਪਾਪ ਕੱਟੇ ਜਾਣ ਤੇ ਆਖਰ ਤੂੰ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈ ਸਾਚੇ ਨਾਲ ਤੇਰਾ ਗੰਢ ਲਾਗੇ ਗੁਰਮੁਖ ਸਦਾ ਸਮਾਲੇ ਏ ਮਨ ਗੁਰੂ ਦੀ ਸ਼ਰਨ ਪੈ ਕੇ ਤੂੰ ਸਦਾ ਪਰਮਾਤਮਾ ਨੂੰ ਆਪਣੇ ਅੰਦਰ ਵਸਾਈ ਰੱਖ ਇਸ ਤਰ੍ਹਾਂ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਤੇਰਾ ਪੱਕਾ ਪਿਆਰ ਬਣ ਜਾਏਗਾ ਈਉ ਕਹੈ ਨਾਨਕ ਜਹਿ ਮਨ ਤੂੰ ਧਾਵਦਾ ਤੈ ਹਰ ਤੇ ਰਹਿ ਸਦਾ ਨਾਲੇ ਨਾਨਕ ਤੈਨੂੰ ਈਉ ਦੱਸਦਾ ਹੈ ਕਿ हे ਮਨ ਜਿੱਥੇ ਜਿੱਥੇ ਤੂੰ ਭਟਕਦਾ ਫਿਰਦਾ ਹੈ ਉੱਥੇ-ਉੱਥੇ ਪਰਮਾਤਮਾ ਸਦਾ ਤੇਰੇ ਨਾਲ ਹੀ ਰਹਿੰਦਾ ਹੈ ਸਤਿਗੁਰ ਮਿਲੀਐ ਤਾਂ ਵਤ ਥੰਮਿਆ ਨਿਜ ਘਰ ਵਸਿਆ ਆਏ ਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ ਭਟਕਣਾ ਵੱਲੋਂ ਰੁਕ ਜਾਂਦਾ ਹੈ ਤੇ ਫਿਰ ਪ੍ਰਭੂ ਹੀ ਮਨ ਵਿੱਚ ਰਹਿੰਦਾ ਹੈ ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ ਫਿਰ ਇਹ ਪਰਮਾਤਮਾ ਦੇ ਨਾਮ ਦਾ ਸੋਧਾ ਕਰਦਾ ਹੈ ਭਾਵ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਨਾਮ ਵਿੱਚ ਲੀਨ ਰਹਿੰਦਾ ਹੈ। ਤਾਵ ਤਥਮਿਆ ਸਤਗੁਰ ਮਿਲੀਐ ਦਸਵਾਂ ਦਵਾਰ ਪਾਇਆ। ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ ਭਟਕਣ ਵੱਲੋਂ ਰੁਕ ਜਾਂਦਾ ਹੈ। ਇਹੀ ਆਤਮਿਕ ਅਵਸਥਾ ਹੈ। ਉਹ ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ। ਜੋ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਤੋਂ ਉੱਚਾ ਰਹਿੰਦਾ ਹੈ। ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ। ਜੀਤ ਸ਼ਬਦ ਜਗਤ ਥਮ ਰਹਾਇਆ ਉਸ ਆਤਮਕ ਅਵਸਥਾ ਵਿੱਚ ਪਹੁੰਚ ਕੇ ਇਹ ਮਨ ਆਤਮਕ ਜੀਵਨ ਦੇਣ ਵਾਲੇ ਨਾਮ ਦੀ ਖੁਰਾਕ ਖਾਂਦਾ ਹੈ ਇਸ ਦੇ ਅੰਦਰ ਆਤਮਕ ਡੋਲਤਾ ਦੀ ਰੌ ਚੱਲ ਪੈਂਦੀ ਹੈ ਉਸ ਆਤਮਕ ਅਵਸਥਾ ਵਿੱਚ ਇਹ ਮਨ ਗੁਰ ਸ਼ਬਦ ਦੀ ਬਰਕਤ ਨਾਲ ਦੁਨੀਆ ਦੇ ਮੋਹ ਨੂੰ ਰੋਕ ਰੱਖਦਾ ਹੈ ਤਹ ਅਨੇਕ ਵਾਜ ਜਿਸ ਦਾ ਅਨੰਦ ਹੈ ਸੱਚੇ ਰਹਿਆ ਸਮਾਏ ਜਿਵੇਂ ਅਨੇਕਾਂ ਕਿਸਮਾਂ ਦੇ ਸਾਜ਼ ਵੱਜਣ ਨਾਲ ਬੜਾ ਸੁੰਦਰ ਰਾਗ ਪੈਦਾ ਹੁੰਦਾ ਹੈ ਤਿਵੇਂ ਉਸ ਆਤਮਕ ਅਵਸਥਾ ਵਿੱਚ ਮਨ ਦੇ ਅੰਦਰ ਮਾਨੋ ਅਨੇਕਾਂ ਸੰਗੀਤਕ ਸਾਜ਼ ਵੱਜਣ ਲੱਗ ਪੈਂਦੇ ਹਨ ਇਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਮਨ ਸਦਾ ਥਿਰ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ ਈਉ ਕਹੈ ਨਾਨਕ ਸਤਿਗੁਰ ਮਿਲਿਐ ਤਾਵਤ ਥੰਮਿਆ ਨਿਜ ਘਰ ਵਸਿਆ ਆਇ ਆਨੰਕ یوں ਦੱਸਦਾ ਹੈ ਕਿ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ ਭਟਕਣ ਵੱਲੋਂ ਰੁਕ ਜਾਂਦਾ ਹੈ ਤੇ ਪ੍ਰਭੂ ਚਰਨਾਂ ਵਿੱਚ ਆ ਟਿਕਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਏ ਮੇਰੇ ਮਨ ਤੂੰ ਉਸ ਪਰਮਾਤਮਾ ਦੀ ਅੰਸ਼ ਹੈ ਜੋ ਨਿਰਾਨੂਰ ਹੀ ਨੂਰ ਹੈ ਏ ਮਨ ਆਪਣੇ ਉਸ ਅਸਲੇ ਨਾਲ ਸਾਝ ਬਣਾ ਮਨ ਹਰ ਜੀਤੇ ਰਹਿ ਨਾਲ ਹੈ ਗੁਰਮਤੀ ਰੰਗ ਮਾਣ ਏ ਮਨ ਉਹ ਪਰਮਾਤਮ ਸਦਾ ਤੇਰੇ ਅੰਗ ਸੰਗ ਵਸਦਾ ਹੈ ਗੁਰੂ ਦੀ ਮੱਤ ਲੈ ਕੇ ਉਸ ਦੇ ਮਿਲਾਪ ਦਾ ਸਵਾਦ ਲੈ ਮੂਲ ਪਛਾਣੇ ਤਾਂ ਸਹੋ ਜਾਣ ਮਰਨ ਜੀਵਨ ਕੀ ਸੋਝੀ ਹੋਈ ਏ ਮਨ ਜੇ ਤੂੰ ਆਪਣਾ ਅਸਲਾ ਸਮਝ ਲੈ ਤਾਂ ਉਸ ਖਸਮ ਪ੍ਰਭੂ ਨਾਲ ਤੇਰੀ ਡੂੰਗੀ ਜਾਨ ਪਛਾਣ ਬਣ ਜਾਏਗੀ ਤਦੋਂ ਤੈਨੂੰ ਇਹ ਸਮਝ ਵੀ ਆ ਜਾਏਗੀ ਕਿ ਆਤਮਕ ਮੌਤ ਕੀ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀ ਹੈ ਗੁਰ ਪ੍ਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ਏ ਮਨ ਜੇ ਗੁਰੂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨਾਲ ਡੂੰਗੀ ਸਾਝ ਪਾਲੇ ਤਾਂ ਤੇਰੇ ਅੰਦਰ ਪਰਮਾਤਮਾ ਤੋਂ ਬਿਨਾ ਕੋਈ ਹੋਰ ਮੋਹ ਪ੍ਰਭਲ ਨਹੀਂ ਹੋ ਸਕੇਗਾ ਮਨ ਸ਼ਾਂਤ ਆਈ ਵਜੀ ਵਦਾਈ ਤਾ ਹੋਆ ਪਰਵਾਨ ਜਦੋਂ ਮਨੁੱਖ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਭਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਈਉ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਨਾਨਕ ਈਉ ਦੱਸਦਾ ਹੈ ਏ ਮੇਰੇ ਮਨ ਤੂੰ ਉਸ ਪਰਮਾਤਮਾ ਦੀ ਅੰਸ਼ ਹੈ ਜੋ ਨਿਰਾਜ ਚਾਨਣ ਹੀ ਚਾਨਣ ਹੈ हे ਮਨ ਆਪਣੇ ਉਸ ਅਸਲੇ ਨਾਲ ਸਾਝ ਪਣਾ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਹੇ हे ਮਨ ਤੂੰ ਹੁਣ ਅਹੰਕਾਰ ਨਾਲ ਲਿਬੜਿਆ ਪਿਆ ਹੈ ਅਹੰਕਾਰ ਨਾਲ ਲੱਦਿਆ ਹੋਇਆ ਹੀ ਜਗਤ ਤੋਂ ਚਲਾ ਜਾਵੇਂਗਾ ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ ਵੇਖਣ ਨੂੰ ਸੋਹਣੀ ਮਾਇਆ ਨੇ ਤੈਨੂੰ ਆਪਣੇ ਮੋਹ ਵਿੱਚ ਫਸਾਇਆ ਹੋਇਆ ਹੈ ਇਸ ਦਾ ਨਤੀਜਾ ਇਹ ਨਿਕਲੇਗਾ ਕਿ ਤੈਨੂੰ ਮੁੜ ਮੁੜ ਅਨੇਕਾ ਜੁਨਾਂ ਵਿੱਚ ਪਾਇਆ ਜਾਏਗਾ ਗਾਰਬ ਲਾਗਾ ਜਾਹੇ ਮੁਗਦ ਮਨ ਅੰਤ ਗਿਆ ਪਛਤਾਵਹਿ ਏ ਮੂਰਖ ਮਨ ਜਦੋਂ ਤੂੰ ਅਹੰਕਾਰ ਵਿੱਚ ਫਸਿਆ ਹੋਇਆ ਹੀ ਇੱਥੋਂ ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਗਾ ਅਹੰਕਾਰ तिसਨਾ ਰੋਗ ਲੱਗਾ ਬਿਰਥਾ ਜਨਮ ਗਵਾਵਹਿ ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ ਇਹ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ ਮਨ ਮੁਖ ਮੁਗਧ ਚੇਤੇ ਨਹੀਂ ਅੱਗੇ ਗਿਆ ਪਛਤਾਵਹਿ ਏ ਆਪ ਹੁਦਰੇ ਮੂਰਖ ਮਨ ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ ਪਰਲੋਕ ਜਾ ਕੇ ਅਫਸੋਸ ਕਰੇਗਾ ਈਉ ਕਹੇ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਵਹਿ ਤੈਨੂੰ ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਹੰਕਾਰ ਨਾਲ ਭਰਿਆ ਹੋਇਆ ਹੈ ਜਗਤ ਵੱਲੋਂ ਤੁਰਨ ਵੇਲੇ ਵੀ ਅਹੰਕਾਰ ਨਾਲ ਲੱਧਿਆ ਹੋਇਆ ਹੀ ਜਾਵੇਂਗਾ ਮਨ ਤੂੰ ਮਤ ਮਾਣ ਕਰੇ ਜਿਹੋਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋਇ ਹੈ ਏ ਮਨ ਵੇਖੀ ਕਿਤੇ ਇਹ ਮਾਣ ਨਾ ਕਰ ਬੈਠੀ ਕਿ ਮੈਂ ਸਿਆਣਾ ਹਾਂ ਗੁਰੂ ਦੀ ਸ਼ਰਨ ਪੈ ਕੇ ਮਾਣ त्याਗੀ ਰੱਖ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸਬਦ ਮਲ ਖੋਹ ਹੈ ਮਨ ਤੇਰੇ ਅੰਦਰ ਪਰਮਾਤਮਾ ਤੋਂ ਵਿਤ ਹੈ ਤੇਰੇ ਅੰਦਰ ਮੈਂ ਮੈਂ ਕਰਨ ਵਾਲੀ ਅਕਲ ਹੈ ਇਸ ਮੈਲ ਨੂੰ ਸਦਾ ਥਿਰ ਹਰਿ ਨਾਮ ਵਿੱਚ ਜੁੜ ਕੇ ਗੁਰੂ ਦੇ ਸ਼ਬਦ ਵਿੱਚ ਟਿਕ ਕੇ ਦੂਰ ਕਰ ਹੋ ਹੋ ਨਿਮਾਣਾ ਸਤ ਗੁਰ ਅੱਗੇ ਮਤ ਕਿਛ ਆਪ ਲਖਾਵਹਿ ਹੈ ਮਨ ਨਿਰਮਾਨ ਹੋ ਕੇ ਗੁਰੂ ਦੇ ਚਰਨਾਂ ਵਿੱਚ ਟਹਿਪੋ ਵੇਖੀ ਕਿਤੇ ਆਪਣਾ ਆਪ ਜਿਤਾਣ ਨਾ ਲੱਗ ਪਈ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇਂ ਜਗਤ ਆਪਣੇ ਹੀ ਅਹੰਕਾਰ ਵਿੱਚ ਸੜ ਰਿਹਾ ਹੈ ਵੇਖੀ ਕਿਤੇ ਤੂੰ ਵੀ ਅਹੰਕਾਰ ਵਿੱਚ ਪੈ ਕੇ ਆਪਣੇ ਆਪ ਦਾ ਨਾਸ ਨਾ ਕਰ ਲਈ ਸਤਗੁਰ ਕੈ ਭਾਣੇ ਕਰਹਿ ਕਾਰ ਸਤਗੁਰ ਕੈ ਭਾਣੇ ਲਾਗ ਰਹੋ ਇਸ ਖਤਰੇ ਤੋਂ ਤਾਂ ਹੀ ਬਚੇਗਾ ਜੇ ਤੂੰ ਗੁਰੂ ਦੇ ਹੁਕਮ ਵਿੱਚ ਤੁਰ ਕੇ ਕੰਮ ਕਰੇਗਾ ਸੋਹੇ ਮਨ ਗੁਰੂ ਦੇ ਹੁਕਮ ਵਿੱਚ ਟਿਕਿਆ ਰਹੋ ਈਉ ਕਹੇ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ ਏ ਮਨ ਤੈਨੂੰ ਨਾਨਕ ਈਉ ਸਮਝਾਉਂਦਾ ਹੈ ਏ ਮਨ ਅਹੰਕਾਰ ਛੱਡ ਦੇ ਹੰਕਾਰ ਛੱਡ ਕੇ ਸੁਖ ਪਾਵੇਂਗਾ ਤਨ ਸੋਵੇ ਲਾ ਜਿਤ ਮੈਂ ਸਤਗੁਰ ਮਿਲਿਆ ਸੋਸ਼ਹੋ ਚਿਤ ਆਇਆ ਉਹ ਵੇਲਾ ਭਾਗਾ ਵਾਲਾ ਸੀ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ ਗੁਰੂ ਦੀ ਕਿਰਪਾ ਨਾਲ ਉਹ ਖਸਮ ਪ੍ਰਭੂ ਮੇਰੇ ਚਿਤ ਵਿੱਚ ਆ ਵਸਿਆ ਮਹਾ ਆਨੰਦ ਸਹਿਜ ਭਇਆ ਮਨ ਤਨ ਸੁਖ ਪਾਇਆ ਮੇਰੇ ਅੰਦਰ ਬੜਾ ਆਨੰਦ ਪੈਦਾ ਹੋਇਆ ਮੇਰੇ ਅੰਦਰ ਆਤਮਕ ਡੋਲਤਾ ਪੈਦਾ ਹੋ ਗਈ ਮੇਰੇ ਮਨ ਨੇ ਮੇਰੇ ਹਿਰਦੇ ਨੇ ਸੁਖ ਅਨੁਭਵ ਕੀਤਾ ਸੋਸ਼ਹੋ ਚਿਤ ਆਇਆ ਮਨ ਵਸਾਇਆ ਔਗਣ ਸਭ ਵਿਸਾਰੇ ਗੁਰੂ ਦੀ ਕਿਰਪਾ ਨਾਲ ਉਹ ਕਸਮ ਪ੍ਰਭੂ ਮੇਰੇ ਚਿੱਤ ਵਿੱਚ ਆ ਵਸਿਆ ਗੁਰੂ ਨੇ ਪ੍ਰਭੂ ਨੂੰ ਮੇਰੇ ਮਨ ਵਿੱਚ ਵਸਾ ਦਿੱਤਾ ਤੇ ਮੇਰੇ ਸਾਰੇ ਹੀ ਔਗਣ ਪੁਲਾ ਦਿੱਤੇ ਜਾਂ ਤਿਸ ਭਾਣਾ ਗੁਣ ਪ੍ਰਗਟ ਹੋਏ ਸਤਿਗੁਰ ਆਪ ਸਵਾਰੇ ਜਦੋਂ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਉਸ ਦੇ ਗੁਣ ਮਨੁੱਖ ਦੇ ਅੰਦਰ ਰੋਸ਼ਨ ਹੋ ਜਾਂਦੇ ਹਨ ਗੁਰੂ ਆਪ ਉਸ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦਿੰਦਾ ਹੈ 세 ਜਨ ਪਰਵਾਣ ਹੋਏ ਜਿੰਨੀ ਇੱਕ ਨਾਮ ਦਿੜਿਆ ਦੁਤੀਆ ਪਾਉ ਚੁਕਾਇਆ ਜਿਹੜੇ ਮਨੁੱਖ ਸਿਰਫ ਹਰਿ ਨਾਮ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰ ਲੈਂਦੇ ਹਨ ਤੇ ਮਾਇਆ ਦਾ ਮੋਹ ਅੰਦਰੋਂ ਦੂਰ ਕਰ ਲੈਂਦੇ ਹਨ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋ ਜਾਂਦੇ ਹਨ ਈਉ ਕਹੇ ਨਾਨਕ ਧਨ ਸੋਵੇਲਾ ਜਿਤਮੈ ਸਤਗੁਰ ਮਿਨਿਆ ਸੋ ਸ਼ੌਚਿਤ ਆਇਆ ਨਾਨਕ ਈਉ ਆਖਦਾ ਹੈ ਭਾਗਾ ਵਾਲਾ ਸੀ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ ਗੁਰੂ ਦੀ ਕਿਰਪਾ ਨਾਲ ਉਹ ਖਸਮ ਪ੍ਰਭੂ ਮੇਰੇ ਚਿੱਤ ਵਿੱਚ ਆ ਵਸਿਆ ਸੀ ਇਕਜੰਤ ਪਰਮ ਭੂਲੇ ਤਿਨ ਸਹ ਹੈ ਆਪ ਪੁਲਾਏ अनेका ਜੀਵ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਏ ਹੋਏ ਹਨ ਉਸ ਪੈਦਾ ਕਰਨ ਵਾਲੇ ਖਸਮ ਪ੍ਰਭੂ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ ਦੂਜੇ ਪਾਏ ਫਿਰੇ ਹੋਮੇ ਕਰਮ ਕਮਾਏ ਅਜਿਹੇ ਜੀਵ ਹਉਮੈ ਦੇ ਆਸਰੇ ਕੰਮ ਕਰ ਕਰਕੇ ਮਾਇਆ ਦੇ ਮੋਹ ਵਿੱਚ ਭਟਕਦੇ ਹਨ ਤਿੰਨ ਸਹਿ ਆਪ ਪੁਲਾਏ ਕੁਮਾਰਗ ਪਾਏ ਤਿੰਨ ਕਾ ਕਿਛ ਨ ਵਸਾਈ ਉਸ ਖਸਮ ਪ੍ਰਭੂ ਨੇ ਆਪ ਉਹਨਾਂ ਨੂੰ ਸਹੀ ਰਸਤੇ ਤੋਂ ਖੁੰਝਾਇਆ ਹੋਇਆ ਹੈ ਤੇ ਕੁਰਾਹੇ ਪਾਇਆ ਹੋਇਆ ਹੈ ਉਹਨਾਂ ਜੀਵਨ ਦਾ ਕੋਈ ਜੋਰ ਨਹੀਂ ਚੱਲਦਾ ਕਿ ਆਪਣੇ ਉਦਮ ਨਾਲ ਕੁਮਾਰਗ ਛੱਡ ਦੇਣ ਤਿੰਨ ਕੀ ਗਤ ਅਵਗਤ ਤੂੰ ਹੈ ਜਾਣੇ ਜਿਨ ਇਹ ਰਚਨ ਰਚਾਈ ਹੈ ਪ੍ਰਭੂ ਜਿਸ ਤੈਨੇ ਇਹ ਜਗਤ ਰਚਨਾ ਰਚੀ ਹੋਈ ਹੈ ਤੂੰ ਆਪ ਹੀ ਕੁਰਾਹੇ ਪਏ ਹੋਏ ਉਹਨਾਂ ਜੀਵਾਂ ਦੀ ਚੰਗੀ ਮੰਦੀ ਆਤਮਿਕ ਹਾਲਤ ਜਾਣਦਾ ਹੈ ਜਿਸ ਅਨੁਸਾਰ ਤੂੰ ਉਹਨਾਂ ਨੂੰ ਕੁਰਾਹੇ ਪਾਇਆ ਹੈ ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੇ 부ਜਾਏ ਤੇਰਾ ਹੁਕਮ ਬੜਾ ਡਾਡਾ ਹੈ ਜਿਸ ਕਰਕੇ ਜੀਵ ਕੁਰਾਹੇ ਪਏ ਹੋਏ ਹਨ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਖਸਮ ਪ੍ਰਭੂ ਗੁਰੂ ਦੀ ਸ਼ਰਨ پا ਕੇ ਆਪਣਾ ਹੁਕਮ ਸਮਝਾਂਦਾ ਹੈ। یوں ਕਹੇ ਨਾਨਕ ਕਿਆ ਜੰਤ ਵਿਚਾਰੇ ਜਾਂ ਤੁਧ ਪਰਮ ਪੁਲਾਏ। ਨਾਨਕ یوں ਆਖਦਾ ਹੈ ਕਿ ਪ੍ਰਭੂ ਜੇ ਤੂੰ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿੱਚ ਪਾ ਕੇ ਜ਼ਿੰਦਗੀ ਦੇ ਮੰਦੇ ਰਸਤੇ ਪਾਇਆ ਹੋਇਆ ਹੈ ਤਾਂ ਇਹ ਵਿਚਾਰੇ ਜੀਵ ਕੀ ਕਰ ਸਕਦੇ ਹਨ? ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਹੈ ਮੇਰੇ ਸਦਾ ਥਿਰ ਮਾਲਕ ਤੇਰਾ ਵਡੱਪਨ ਵੀ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿਣ ਨ ਜਾਈ ਤੂੰ ਬੇਅੰਤ ਮਾਲਕ ਹੈ ਤੂੰ ਪਾਰ ਬ੍ਰਹਮ ਹੈ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ ਸੱਚੀ ਤੇਰੀ ਵਡਿਆਈ ਜਾ ਕੋ ਤੁਦ ਮਨ ਵਸਾਈ ਸਦਾ ਤੇਰੇ ਗੁਣ ਗਾਵਹੀ ਹੈ ਪ੍ਰਭੂ ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਜਿੰਨਾ ਮਨੁੱਖਾਂ ਦੇ ਮਨ ਵਿੱਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ ਉਹ ਸਦਾ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਤੇਰੇ ਗੁਣ ਗਾਵੇ ਜਾਂ ਤਦੁਪਾਵੇ ਸੱਚੇ ਸਿਓ ਚਿੱਤ ਲਾਵੇ ਪਰ ਤਦੋਂ ਹੀ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਜਦੋਂ ਤੈਨੂੰ ਚੰਗੇ ਲੱਗਦੇ ਹਨ ਫਿਰ ਉਹ ਤੇਰੇ ਸਦਾ ਥਿਰ ਸਰੂਪ ਵਿੱਚ ਆਪਣਾ ਚਿੱਤ ਜੋੜੀ ਰੱਖਦੇ ਹਨ ਜਿਸਨੋਂ ਤੂੰ ਆਪੇ ਮਿਲੈ ਸੁਗੁਰਮੁਖ ਰਹੈ ਸਮਾਈ ਏ ਪ੍ਰਭੂ ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਹ ਗੁਰੂ ਦੀ ਸ਼ਰਨ ਪਾ ਕੇ ਤੇਰੀ ਯਾਦ ਵਿੱਚ ਲੀਨ ਰਹਿੰਦਾ ਹੈ। ਈਉ ਕਹੇ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੇਰਾ ਦਾਸ ਨਾਨਕ ਈਉ ਆਖਦਾ ਹੈ। ਏ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ ਤੇਰੀ ਵਡਿਆਈ ਵੀ ਸਦਾ ਕਾਇਮ ਰਹਿਣ ਵਾਲੀ ਹੈ। ਈਉ ਕਹੇ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ